ਸਾਰੇ ਸਟੂਡੈਂਟਸ ਦਾ ਬਹੁਤ ਸਵਾਗਤ ਹੈ। ਕਿਊਬਿਕ ਦੇ ਵਿੱਚ 10 ਕਾਲਜਸ ਦੇ ਰਿਜ਼ਲਟ ਨਹੀਂ ਆ ਰਹੇ, ਜਿਨ੍ਹਾਂ ਵਿਦਿਆਰਥੀਆਂ ਨੇ ਲਗਭਗ ਸਾਲ ਸਵਾ ਸਾਲ ਤੋਂ ਆਪਣੀਆਂ ਫਾਈਲਸ ਲੌਂਚ ਕੀਤੀਆਂ ਹੋਈਆਂ ਨੇ। ਪ੍ਰੋਟੈਸਟ ਸਟੂਡੈਂਟਸ ਨੇ ਕੀਤਾ ਚੰਡੀਗੜ੍ਹ ਦੇ ਵਿੱਚ, ਜਸਮੀਤ ਭਾਟੀਆ ਜੀ ਗਏ, ਮੈਂ ਵੀ ਗਿਆ, ਗੁਰਪ੍ਰੀਤ ਜੀ ਵੀ ਗਏ। ਸੋ ਲੈਂਡਮਾਰਕ ਦੀ ਟੀਮ ਵੱਲੋਂ ਸਟੂਡੈਂਟਸ ਨੂੰ ਇਸ ਪੀਸਫੁੱਲ ਪ੍ਰੋਟੈਸਟ ਦੇ ਲਈ ਉਹਨਾਂ ਨੂੰ ਪਾਰਟੀਸਪੇਟ ਵੀ ਕੀਤੀ ਗਈ ਅਤੇ ਉਹਨਾਂ ਨੂੰ ਇਹ ਆਸ ਵੀ ਪ੍ਰਗਟ ਕੀਤੀ ਗਈ ਕਿ ਹੁਣ ਜ਼ਰੂਰ ਕੈਨੇਡਾ ਦੀ ਸਰਕਾਰ ਹੈ, ਕਿਊਬਿਕ ਦੀ ਸਰਕਾਰ ਹੈ, ਸਟੂਡੈਂਟਸ ਦੀਆਂ ਜੈਨੂਅਨ ਡਿਮਾਂਡਸ ਵੱਲ ਧਿਆਨ ਦੇਗੀ। ਹੁਣ ਸਵਾਲ ਇੱਥੇ ਵੱਡਾ ਇਹ ਹੈ ਕਿ ਜਸਮੀਤ ਜੀ ਵੀ ਕਹਿ ਰਹੇ ਨੇ ਕਿ ਹਾਲ ਦੀ ਘੜੀ ਕਿਊਬਿਕ ਤੋਂ ਗੁਰੇਜ਼ ਕੀਤਾ ਜਾਵੇ, ਪਰ ਸਵਾਲ ਇਹ ਵੀ ਹੈ, ਬਹੁਤ ਸਾਰੇ ਸਟੂਡੈਂਟ ਅਜਿਹੇ ਨੇ ਜਿਨ੍ਹਾਂ ਦੀ ਸਿਸਟਰ ਉੱਥੇ ਹੈ, ਕਿਸੇ ਦਾ ਬ੍ਰਦਰ ਉੱਥੇ ਹੈ, ਕਿਸੇ ਦੀ ਜਿਹੜੇ ਨੇ ਫੈਮਿਲੀ 'ਚ ਸਪਾਊਸ ਉੱਥੇ ਹੈ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਹਜੇ ਵੀ ਚਾਹੁੰਦੇ ਨੇ ਕਿ ਨਹੀਂ, ਅਸੀਂ ਕਿਊਬਿਕ ਜਾਣਾ। ਉਂਝ ਤਾਂ ਜਸਮੀਤ ਜੀ ਲਗਾਤਾਰ ਕਹਿ ਰਹੇ ਨੇ ਕਿ ਹਾਲ ਦੀ ਘੜੀ ਕਿਊਬਿਕ ਨੂੰ ਅਵੋਇਡ ਕਰੋ, ਪਰ ਜਿਹੜੇ ਇਹ ਸੋਚ ਕੇ ਬੈਠੇ ਨੇ ਕਿ ਅਸੀਂ ਜਾਣਾ ਹੀ ਕਿਊਬਿਕ ਹੈ, ਅਤੇ ਫਿਰ ਉਹਨਾਂ ਦੇ ਲਈ ਕੀ ਆਪਸ਼ਨ ਹੈ, ਇਹ ਵੀ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ। ਕੁਝ ਕਾਲਜਸ ਨੇ ਜਿਵੇਂ ਟ੍ਰਿਬੈਸ਼ ਕਾਲਜਸ ਹੈ, ਔਰ ਜਸਮੀਤ ਜੀ ਹੋਰ ਵਿਸਥਾਰ 'ਚ ਦੱਸਣਗੇ, ਉਹਨਾਂ ਕਾਲਜਸ ਦੇ ਰਿਜ਼ਲਟਸ ਆ ਰਹੇ ਨੇ ਭਾਵੇਂ ਸਲੋ ਆ ਰਹੇ ਨੇ, ਪਰ ਕੀ ਸਟੂਡੈਂਟ ਉਹਨਾਂ ਕਾਲਜਸ ਨੂੰ ਚੁਣ ਸਕਦੇ ਨੇ ਅਗਰ ਉਹਨਾਂ ਨੇ ਜਾਣਾ ਹੀ ਕਿਊਬਿਕ 'ਚ ਹੈ, ਇਹਦੇ ਉੱਪਰ ਅੱਜ ਗੱਲ ਕਰਾਂਗੇ। ਜਸਮੀਤ ਜੀ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜਸਮੀਤ ਜੀ। ਇਹਨਾਂ 10 ਕਾਲਜਾਂ ਤੋਂ ਇਲਾਵਾ ਕਿਹੜੇ ਕਾਲਜ ਨੇ, ਪਹਿਲਾਂ ਤਾਂ ਇਹ ਦੱਸੋ, ਜਿਨ੍ਹਾਂ ਦੇ ਹਾਲ ਹੀ ਦੇ ਵਿੱਚ ਤੁਹਾਨੂੰ ਵੀਜ਼ੇ ਮਿਲੇ ਹੋਣ, ਕੋਈ 5-7, 10-15 ਦਿਨ ਮਹੀਨੇ 'ਚ ਤੁਹਾਨੂੰ ਰੈਗੂਲਰ ਵੀਜ਼ੇ ਆਏ ਹੋਣ ਇਹਨਾਂ ਕਾਲਜਾਂ 'ਚ? ਤ੍ਰਿਬੈਸ ਦੇ ਕੁਛ ਵੀਜ਼ਾਜ਼ ਆਏ ਹਾਂ, ਲਸਾਲ ਕਾਲਜ ਹੈ ਮੌਂਟਰੀਅਲ 'ਚ, ਉਹਦੇ ਵੀਜ਼ਾਜ਼ ਆਏ ਹਾਂ। ਵੈਨੀਅਰ ਕਾਲਜ ਹੈ ਕਿਊਬੈਕ ਵਿੱਚ, ਉਹਦੇ ਵੀਜ਼ਾਜ਼ ਆਏ ਹਾਂ। ਸੋ ਮੈਂ ਹਮੇਸ਼ਾ ਹੀ 3 ਕਾਲਜ ਇਸ ਲਈ ਗਾਈਡ ਕਰਦਾ ਕਿ ਮੈਨੂੰ ਲੱਗਦਾ ਵੈਨੀਅਰ ਇੱਕ ਗਵਰਨਮੈਂਟ ਕਾਲਜ ਹੈਗਾ, ਲਸਾਲ ਗਵਰਨਮੈਂਟ ਵਰਗਾ ਹੀ ਸਮਝ ਲਓ, 60-70 ਸਾਲ ਪੁਰਾਣਾ ਪ੍ਰਾਈਵੇਟ ਕਾਲਜ ਹੈਗਾ, ਡਾਊਨਟਾਊਨ ਵਿੱਚ ਬਹੁਤ ਹੀ ਵੱਡਾ ਕਾਲਜ ਹੈ ਜਿਹੜਾ ਕਿ ਕਿਊਬੈਕ ਦਾ ਹੈਗਾ। ਐਂਡ ਤ੍ਰਿਬੈਸ ਕਾਲਜ ਯੂਨੀਵਰਸਿਟੀ ਕੈਨੇਡਾ ਵੈਸਟ ਦਾ ਸਿਸਟਰ ਕੰਸਰਨ ਹੈ, ਸੋ ਗਰੁੱਪ ਬਹੁਤ ਵਧੀਆ, ਸਟੂਡੈਂਟਸ ਨੂੰ ਇਹ ਫੀਲ ਜ਼ਰੂਰ ਹੋਏਗਾ ਕਿਉਂਕਿ ਉਹ ਪੜ੍ਹਾਈ 'ਤੇ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਗੇ। ਸੋ ਇਹ 3 ਕਾਲਜ ਹੈਗੇ ਜਿਨ੍ਹਾਂ ਦੇ ਵੀਜ਼ਾਜ਼ ਰੈਗੂਲਰ ਬੇਸਿਸ 'ਤੇ ਆ ਰਹੇ ਔਰ CAQ ਅਪਰੂਵਲਸ ਵੀ ਆ ਰਹੇ, ਬਟ ਇਹ ਵੀ ਮੈਂ ਕਿਸੇ ਸਟੂਡੈਂਟ ਨੂੰ ਹਾਲੇ ਐਡਵਾਈਜ਼ ਨਹੀਂ ਕਰਾਂਗਾ ਸੀਇੰਗ ਦ ਸਿਚੁਏਸ਼ਨ, ਕਿਉਂਕਿ ਕਿਊਬੈਕ 'ਚ ਕਾਫੀ ਸਾਰਾ ਡਿਲੇ ਹੈ, CAQ ਨੂੰ ਲੈ ਕੇ ਡਿਲੇ ਹੈ, ਫਿਰ ਵੀਜ਼ਾ ਨੂੰ ਲੈ ਕੇ ਡਿਲੇ ਹੈ, ਬਟ ਇਹਨਾਂ ਕਾਲਜਿਸ ਦੇ ਵੀਜ਼ਾ ਅਪਰੂਵ ਹੋ ਕੇ ਆ ਰਹੇ ਨੇ ਉਹਨਾਂ 10 ਕਾਲਜਿਸ ਤੋਂ ਛੱਡ ਕੇ। ਬਟ ਜੇ ਸਟੂਡੈਂਟਸ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਿਊਬੈਕ 'ਚ ਜਾਣਾ, ਮੌਂਟਰੀਅਲ ਸ਼ਹਿਰ 'ਚ ਜਾਣਾ, ਫਿਰ ਉਹ ਇਹਨਾਂ ਕਾਲਜਾਂ 'ਚ ਅਪਲਾਈ ਕਰਨ, ਨਹੀਂ ਤਾਂ ਹਾਲੇ ਵੀ ਉਹ ਆਪਸ਼ਨਸ ਸਾਡੇ ਕੋਲ ਹੈਗੀਆਂ ਹੋਰ ਸਰਕਾਰੀ ਕਾਲਜਿਸ, ਗਵਰਨਮੈਂਟ ਕਾਲਜਿਸ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਸਸਕੈਚੁਅਨ, ਅਲਬਰਟਾ ਵਿੱਚ ਅਵੇਲੇਬਿਲਿਟੀ ਹੈਗੀ ਹੈ ਜਿਨ੍ਹਾਂ ਵਿੱਚ ਸਟੂਡੈਂਟ ਅਪਲਾਈ ਕਰ ਸਕਦਾ। ਬਿਲਕੁਲ ਠੀਕ ਹੈ ਜਸਮੀਤ ਜੀ, ਜਿਹੜੇ ਤੁਸੀਂ 3 ਕਾਲਜਾਂ ਦੀ ਗੱਲ ਕੀਤੀ, ਇਹਨਾਂ ਦੇ ਵਿੱਚੋਂ ਇੱਕ ਸਰਕਾਰੀ ਕਾਲਜ ਹੈ। ਹਾਂਜੀ, ਤੁਸੀਂ 2 ਬੜੇ ਰਿਪਿਊਟਡ ਕਾਲਜਿਸ ਦੀ ਗੱਲ ਕੀਤੀ। ਹਾਂਜੀ, ਇਹ ਜਿਹੜੇ ਕਾਲਜਿਸ ਨੇ ਜਿਵੇਂ ਸਰਕਾਰੀ ਕਾਲਜ ਨੇ, ਇਹ ਤਾਂ ਗਵਰਨਮੈਂਟ ਦੀ ਪਾਲਿਸੀਜ਼ ਨੂੰ ਮਤਲਬ ਪਾਬੰਦ ਹੋਣਗੇ ਮੰਨਣ ਦੇ ਲਈ, ਗਵਰਨਮੈਂਟ ਦੀ ਹਰ ਪਾਲਿਸੀ ਨੂੰ ਮੰਨਦੇ ਹੋਣਗੇ? ਤਾਂ ਸੀ ਲਸਾਲ ਕਾਲਜ ਇੱਕ ਇੱਦਾਂ ਦਾ ਕਾਲਜ ਹੈ ਜਿੱਥੇ ਸਭ ਤੋਂ ਜ਼ਿਆਦਾ ਪੜ੍ਹਾਈ ਹੁੰਦੀ ਹੈ, ਸੋ ਜੇ ਸਟੂਡੈਂਟਸ ਜਾ ਰਹੇ ਹੈ ਤਾਂ ਪੜ੍ਹਾਈ ਦੇ ਕੰਪਰੋਮਾਈਜ਼ ਕਦੀ ਨਹੀਂ ਹੋਏਗੀ, ਬਿਕੋਜ਼ ਲਸਾਲ ਐਜੂਕੇਸ਼ਨ ਗਰੁੱਪ ਜਿਹੜਾ ਹੈਗਾ ਉਹ ਬਹੁਤ ਮੰਨਿਆ ਪ੍ਰਮੰਨਿਆ ਗਰੁੱਪ ਹੈ ਆਲ ਓਵਰ ਵਰਲਡ, ਉਹਨਾਂ ਦੇ 40-50 ਇੰਸਟੀਚਿਊਟ ਹੈਗੇ ਹੈ। ਸੋ ਕੋਈ ਵੀ ਜਿਹੜਾ ਆਪਣੀ ਰੈਪੂਟੇਸ਼ਨ ਨੂੰ ਸਟੇਕ 'ਤੇ ਰੱਖ ਕੇ ਇੱਦਾਂ ਦਾ ਕੰਮ ਨਹੀਂ ਕਰੇਗਾ, ਤਾਂ ਹੀ ਕਰਕੇ ਲਸਾਲ ਕਾਲਜ 'ਤੇ ਕਦੀ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਵੇਅਰ ਐਜ਼ ਜਿਹੜੇ ਬਾਕੀ ਕਾਲਜਿਸ ਹੈਗੇ ਉਹਨਾਂ ਦਾ ਸੈਟਅਪ ਬਹੁਤ ਐਜ਼ ਕੰਪੇਅਰ ਟੂ ਲਸਾਲ ਇਜ਼ ਨੋਟ ਦੈਟ, ਮਤਲਬ ਜੇ ਕੰਪੇਅਰ ਹੀ ਨਹੀਂ ਕਰ ਸਕਦੇ ਉਹਨਾਂ ਦੋਨਾਂ ਦਾ। ਸੋ ਲਸਾਲ ਕਾਲਜ ਦਾ ਜਿਹੜਾ ਸੈਟਅਪ ਹੈ ਉਹ ਮੈਂ ਪਰਸਨਲੀ ਵਿਜ਼ਿਟ ਕੀਤਾ ਹੋਇਆ, ਇਟ ਇਜ਼ ਵੈਰੀ ਹਿਊਜ, ਔਰ ਉਹਨਾਂ ਦੇ ਸਟੂਡੈਂਟਸ ਜਦੋਂ ਪਾਸ ਆਊਟ ਹੁੰਦੇ ਹੈ ਤਾਂ ਦੇ ਗੈਟ ਜੋਬਸ ਇਨ ਹਾਲੀਵੁੱਡ ਕਹਿ ਲਓ ਕਿ, ਡਿਜ਼ਾਈਨ ਦੀਆਂ ਜੋਬਸ ਮਿਲਦੀਆਂ ਉਹਨਾਂ ਨੂੰ, ਜਿੰਨੇ LA ਫੈਸ਼ਨ ਵੀਕਸ ਹੈ ਉਹ ਲਸਾਲ ਦੇ ਕਾਲਜ ਦੇ ਸਟੂਡੈਂਟਸ ਰਨ ਕਰਦੇ ਹੈ, ਸੋ ਇੱਦਾਂ ਦੀਆਂ ਜੋਬਸ ਮਿਲਦੀਆਂ ਸਟੂਡੈਂਟਸ ਨੂੰ। ਸੋ ਡਿਜ਼ਾਈਨ ਵਾਸਤੇ ਲਸਾਲ ਕਾਲਜ ਇਜ਼ ਬੈਸਟ, ਈਵਨ ਫੋਰ ਕੰਪਿਊਟਰਸ ਆਲਸੋ ਇਟ ਇਜ਼ ਵਨ ਆਫ ਦ ਬੈਸਟ ਕਾਲਜਿਸ। ਔਰ ਜੇ ਤ੍ਰਿਬੈਸ ਦੀ ਗੱਲ ਕਰੀਏ ਤਾਂ ਉਹ ਯੂਨੀਵਰਸਿਟੀ ਕੈਨੇਡਾ ਵੈਸਟ ਦੀ ਸਿਸਟਰ ਕੰਸਰਨ ਹੈ, ਅਗੇਨ ਦੈਟ ਇਜ਼ ਅ ਬਿਗਰ ਗਰੁੱਪ, ਦੇ ਹੈਵ 52 ਯੂਨੀਵਰਸਿਟੀਜ਼ ਐਂਡ ਕਾਲਜਿਸ ਅਰਾਊਂਡ ਦ ਵਰਲਡ। ਔਰ ਜੇ ਯੂਨੀਵਰਸਿਟੀ ਕੈਨੇਡਾ ਵੈਸਟ ਦੀ ਗੱਲ ਕਰੀਏ ਤਾਂ ਸਟੂਡੈਂਟ ਕਹਿੰਦੇ ਹੈ ਕਿ ਜੇ ਪੜ੍ਹਨਾ ਤਾਂ UCW ਜਾਓ, ਜੇ ਨਹੀਂ ਪੜ੍ਹਨਾ ਤਾਂ ਉੱਥੇ ਨਾ ਜਾਓ। ਸੋ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਹੀ ਤੁਸੀਂ ਇਹ ਕਾਲਜਿਸ ਚੂਜ਼ ਕਰੋ, ਕਿਉਂਕਿ ਪੜ੍ਹਾਈ ਉੱਤੇ ਕੋਈ ਕੰਪਰੋਮਾਈਜ਼ ਨਹੀਂ ਹੋਏਗਾ, ਕੰਪਲਾਇੰਸ ਉੱਤੇ ਕੋਈ ਕੰਪਰੋਮਾਈਜ਼ ਨਹੀਂ ਹੋਏਗਾ, ਤਾਂ ਹੀ ਇਹ ਕਾਲਜਿਸ 'ਚ ਮੈਂ ਸੁਜੈਸਟ ਕਰ ਰਿਹਾ ਸਟੂਡੈਂਟਸ ਨੂੰ। ਔਰ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਉਹ ਵੀ ਸੇਵ ਰਹੇਗੀ, ਮਤਲਬ ਸੇਫ ਹੈ, ਦੈਟਸ ਸੇਫ, ਸੋ ਦੈਟਸ ਦ ਬਿਗਰ ਕੰਸਰਨ। ਸੋ ਕੱਲ੍ਹ ਨੂੰ ਸਟੂਡੈਂਟ ਕਹਿੰਦਾ ਕਿ ਕੱਲ੍ਹ ਨੂੰ ਇਹਨਾਂ ਕਾਲਜਾਂ 'ਤੇ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ, ਯੈਸ ਐਨੀਥਿੰਗ ਕੈਨ ਹੈਪਨ, ਕੱਲ੍ਹ ਨੂੰ ਇਹਨਾਂ ਕਾਲਜਾਂ ਨੂੰ ਵੀ ਕਿਹਾ ਜਾਏ ਕਿ ਤੁਹਾਡੇ 'ਤੇ ਵੀ ਆਡਿਟ ਬੈਠ ਜਾਂਦਾ, ਸੋ ਦੇ ਦੀਸ ਕਾਲਜਿਸ ਵਿਲ ਰੀਫੰਡ ਸਟੂਡੈਂਟਸ ਮਨੀ, ਆਈ ਥਿੰਕ ਸੋ ਐਜ਼ ਸੂਨ ਐਜ਼ ਪੋਸੀਬਲ, ਸੋ ਦੈਟ ਇਜ਼ ਦ ਮੋਟਿਵ। ਬਿਲਕੁਲ ਠੀਕ ਹੈ ਜੀ। ਸੋ ਹਾਲ ਦੀ ਘੜੀ ਜਸਮੀਤ ਜੀ ਸਪਸ਼ਟ ਕਹਿ ਰਹੇ ਨੇ ਕਿ ਕਿਊਬਿਕ ਦਾ ਰੁੱਖ ਨਾ ਕਰੋ। ਜਸਮੀਤ ਜੀ, ਕਿਊਬਿਕ ਦੀ ਪਿਕਚਰ ਕਲੀਅਰ ਹੁੰਦੀ ਕਦੋਂ ਤੁਹਾਨੂੰ ਦਿਖਦੀ ਹੈ, ਜਦੋਂ ਤੁਸੀਂ ਕਹੋ ਕਿ ਹਾਂ ਤੁਸੀਂ ਕਿਊਬਿਕ 'ਚ ਜਾ ਸਕਦੇ ਹੋ?
ਉਹ ਉਹ ਕਦੋਂ ਉਹ ਪਿਕਚਰ ਬਣ ਸਕਦੀ? ਮੈਨੂੰ ਲੱਗਦਾ ਜਿਹੜਾ ਕਿਊਬੈਕ ਦੀ ਅੱਜ ਦੀ ਡੇਟ 'ਚ ਜਿਹੜਾ ਡੈਂਟ ਪੈ ਗਿਆ ਉਹ ਥੋੜ੍ਹਾ ਲੰਬਾ ਹੀ ਸਮਾਂ ਚੱਲੇਗਾ, ਚਾਹੇ ਸਭ ਕੁਛ ਕਲੀਅਰ ਵੀ ਹੋ ਜਾਏ, ਪੈਂਡਿੰਗ ਸਟੂਡੈਂਟਸ ਦੇ ਰਿਜ਼ਲਟਸ ਵੀ ਆ ਜਾਣ, ਤਾਂ ਕਿਊਬੈਕ 'ਤੇ ਜੋ ਇਹ ਨੁਕਸਾਨ ਹੋਇਆ ਪਿਛਲੇ 4-5 ਮਹੀਨਿਆਂ 'ਚ, ਸੋ ਮੈਨੂੰ ਲੱਗਦਾ ਨਹੀਂ ਹੈ ਕਿ ਸਟੂਡੈਂਟਸ ਇੰਨੀ ਜਲਦੀ ਕਿਊਬੈਕ ਨੂੰ ਚੂਜ਼ ਕਰਨਗੇ, ਔਰ ਨਾ ਹੀ ਕਰਨਾ ਚਾਹੀਦਾ ਬਿਕੋਜ਼ ਇੰਨਾ ਡਿਲੇ ਹੋਇਆ ਸਟੂਡੈਂਟਸ ਦਾ, ਜਿਹੜਾ ਹਲੇ ਵੀ ਸਾਨੂੰ ਰਿਜ਼ਲਟਸ ਨਹੀਂ ਮਿਲ ਪਾ ਰਹੇ ਆ। ਸੋ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਸਮਾਂ ਲੱਗੇਗਾ ਕਿਊਬੈਕ ਦੀ ਰੈਪੂਟੇਸ਼ਨ ਠੀਕ ਹੋਣ ਨੂੰ, ਤਾਂ ਕਿ ਜਿਹੜੇ ਸਟੂਡੈਂਟਸ ਹੈਗੇ ਆ ਉਹ ਗਵਰਨਮੈਂਟ ਕਾਲਜਿਸ 'ਚ ਹੀ ਅਪਲਾਈ ਕਰਨਾ ਪਸੰਦ ਕਰਨਗੇ, ਐਂਡ ਜਿਹੜੇ ਕਾਲਜਿਸ ਦੇ ਰਿਜ਼ਲਟਸ ਜਲਦੀ ਆ ਰਹੇ ਨੇ ਉਹਨਾਂ 'ਤੇ ਅਪਲਾਈ ਕਰਨਾ ਪਸੰਦ ਕਰਨਗੇ ਰਾਦਰ ਦੈਨ ਗੋਇੰਗ ਟੂ ਕਿਊਬੈਕ। ਬਟ ਇਫ ਯੂ ਆਰ ਕਿ ਤੁਹਾਡਾ ਜਾਣਾ ਹੀ ਕਿਊਬੈਕ ਹੈਗਾ ਤੁਸੀਂ, ਦੈਨ ਯੂ ਕੈਨ ਚੂਜ਼ ਮੌਂਟਰੀਅਲ। ਬਿਲਕੁਲ ਠੀਕ ਹੈ। ਸੋ ਅਗਰ ਤੁਸੀਂ ਜਾਣਾ ਹੀ ਕਿਊਬਿਕ ਹੈ ਤਾਂ ਜਸਮੀਤ ਜੀ ਦੀ ਸਲਾਹ ਨੂੰ ਤੁਸੀਂ ਜ਼ਰੂਰ ਪਰਖੋ, ਜਾਣੋ, ਔਰ ਪਰਸਨਲੀ ਜ਼ਰੂਰ ਜਸਮੀਤ ਜੀ ਨੂੰ ਮਿਲੋ। 9413-9412 ਟੈਲੀਫੋਨ ਨੰਬਰ ਹੈ। ਆਪਣਾ ਪ੍ਰੋਫਾਈਲ ਭੇਜ ਕੇ ਤੁਸੀਂ ਆਪਣੀ ਪ੍ਰੋਫਾਈਲ ਦੇ ਲਈ ਮੈਚਿੰਗ ਜਿਹੜਾ ਕੋਰਸ ਹੈ ਉਹ ਵੀ ਤੁਸੀਂ ਜਸਮੀਤ ਜੀ ਦੀ ਟੀਮ ਤੋਂ ਹਾਸਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕੀ ਡਿਸੀਜ਼ਨ ਕਰਨਾ। ਕੋਈ ਵੀ ਕਨਫਿਊਜ਼ਨ, ਕਲੈਰੀਫਿਕੇਸ਼ਨ ਜਸਮੀਤ ਜੀ ਨੂੰ ਪਰਸਨਲੀ ਮਿਲਣਾ ਤਾਂ ਵੀ ਇਸੇ ਨੰਬਰ 'ਤੇ ਤੁਸੀਂ ਵਟਸਐਪ ਕਰ ਸਕਦੇ ਹੋ। ਜਸਮੀਤ ਜੀ ਹਰ ਆਫਿਸ ਦੇ ਵਿੱਚ ਟਾਈਮ ਟੂ ਟਾਈਮ ਵਿਜ਼ਿਟ ਕਰਦੇ ਨੇ। ਲੁਧਿਆਣਾ ਵਿੱਚ ਜਾਂਦੇ ਨੇ, ਜਲੰਧਰ ਜਾਂਦੇ ਨੇ, ਮੋਗਾ ਬ੍ਰਾਂਚ ਹੈ, ਅੰਮ੍ਰਿਤਸਰ ਦੇ ਵਿੱਚ ਵੀ ਜਾਂਦੇ ਨੇ, ਮੋਹਾਲੀ ਦੇ ਵਿੱਚ ਵੀ ਬੈਠਦੇ ਨੇ, ਸੋ ਚੰਡੀਗੜ੍ਹ ਬ੍ਰਾਂਚ ਵੀ ਹੈ। ਸੋ ਤੁਸੀਂ ਵਟਸਐਪ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ ਜਸਮੀਤ ਜੀ ਦੇ ਨਾਲ। ਥੈਂਕ ਯੂ ਸੋ ਮੱਚ ਜਸਮੀਤ ਜੀ, ਸਤਿ ਸ਼੍ਰੀ ਅਕਾਲ।